ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੱਕ ਗੱਲ ਸਟਾਰਟਿੰਗ ਦੇ ਵਿੱਚ ਹੀ ਕਲੀਅਰ ਕਰ ਦਿਆਂ ਕਿ ਮੈਂ ਸਰਸੇ ਵਾਲੇ ਬਾਬੇ ਦਾ ਕੋਈ ਭਗਤ ਨਹੀਂ ਹੈਗਾ। ਮੇਰਾ ਸਿਰ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਤੇ ਝੁਕਦਾ ਰਹੂਗਾ। ਪਰ ਕੱਲ ਇੱਕ ਜਿਹੜੀ ਘਟਨਾ ਹੋਈ ਹੈ ਕਿ ਬਾਬੇ ਨੇ ਸਤਸੰਗ ਰੱਖੀ ਹੈ ਤੇ ਲੋਕ ਬੱਸਾਂ ਭਰ ਭਰ ਕੇ ਜਾ ਰਹੇ ਨੇ ਤੇ ਕੁਝ ਲੋਕ ਉਹਨਾਂ ਨੂੰ ਬੱਸਾਂ ਦੇ ਵਿੱਚ ਚੜ੍ਹਦਿਆਂ ਨੂੰ ਸ਼ਰਮਿੰਦਗੀ ਦੇ ਰਹੇ ਨੇ। ਦੇਖੋ, ਇਹ ਗਲਤ ਗੱਲ ਹੈ। ਸਾਡਾ ਸੰਵਿਧਾਨ ਹਰ ਇੱਕ ਨੂੰ ਆਪਣਾ ਗੁਰੂ ਮੰਨਣ ਦੀ ਇਜਾਜ਼ਤ ਦਿੰਦਾ ਹੈ। ਕੋਈ ਕਿਸੇ ਨੂੰ ਵੀ ਆਪਣਾ ਪੀਰ ਪੈਗੰਬਰ ਮੰਨ ਸਕਦਾ, ਅਸੀਂ ਰੋਕ ਨਹੀਂ ਸਕਦੇ। ਤੁਸੀਂ ਦੇਖੋ, ਇੱਕ ਬੰਦਾ ਸ਼ਰਮਿੰਦਗੀ ਦੇ ਰਿਹਾ ਤੇ ਸਾਹਮਣੇ 52 ਬੰਦੇ ਨੀਵੀਂ ਪਾਏ ਸੁਣ ਰਹੇ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦੇ ਸ਼ਰਮਿੰਦਗੀ ਮੰਨੀ ਬੈਠੇ ਨੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਬਾਬੇ ਦੀ ਕਰਨੀ ਦੇਖੋ ਕਿੱਡੀ ਵੱਡੀ ਹੈ ਕਿ ਉਹਨੇ ਇਹਨਾਂ ਲੋਕਾਂ ਨੂੰ ਸਬਰ ਦੇ ਵਿੱਚ ਅਤੇ ਸਹਿਣਸ਼ੀਲਤਾ ਰੱਖਣ ਦਾ ਸੰਦੇਸ਼ ਦਿੱਤਾ ਹੋਇਆ ਹੈ ਕਿ ਤੁਸੀਂ ਕਦੇ ਕਿਸੇ ਨਾਲ ਲੜਨਾ ਨਹੀਂ। ਤੁਸੀਂ ਸੋਚ ਕੇ ਦੇਖੋ, ਅੱਗੇ ਉਹ 52 ਬੰਦੇ ਭੜਕ ਜਾਂਦੇ ਤੇ ਫਿਰ ਉਸ ਬੰਦੇ ਦਾ ਕੀ ਹਾਲ ਹੋਣਾ ਸੀ। ਤੁਸੀਂ ਇਹਨਾਂ ਲੋਕਾਂ ਨੂੰ ਏਦਾਂ ਸਮਝਾਉਣ ਦੀ ਬਜਾਏ ਤੁਸੀਂ ਆਪਣੇ ਧਰਮ ਦੀਆਂ ਕ੍ਰਿਤੀਆਂ ਦੂਰ ਕਿਉਂ ਨਹੀਂ ਕਰਦੇ ਕਿ ਲੋਕ ਆਪਣੇ ਆਪ ਡੇਰਿਆਂ ਵਿੱਚ ਜਾਣ ਤੋਂ ਬਚਣ। ਕਦੇ ਸ਼੍ਰੋਮਣੀ ਕਮੇਟੀ ਨੇ ਕੋਈ ਇਹੋ ਜਿਹਾ ਹਸਪਤਾਲ ਬਣਾਇਆ ਜਿੱਥੇ ਗਰੀਬਾਂ ਦਾ ਫਰੀ ਦੇ ਵਿੱਚ ਇਲਾਜ ਹੁੰਦਾ ਹੋਵੇ? ਕਦੇ ਕੋਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਾਂ ਹੋਰ ਧਾਰਮਿਕ ਸੰਸਥਾਵਾਂ ਦੇ ਵੱਲੋਂ, ਸਿੱਖ ਧਰਮ ਦੇ ਜਿਹੜੇ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਗਰੀਬ ਗੁਰਬਿਆਂ ਦੇ ਘਰ ਬਣਾਏ ਜਾਂਦੇ ਨੇ ਜਾਂ ਜਿਹੜੇ ਬਿਮਾਰ ਲੋਕ ਨੇ ਉਹਨਾਂ ਦਾ ਫਰੀ ਇਲਾਜ ਕੀਤਾ ਜਾਂਦਾ? ਸਰਸੇ ਵਾਲੇ ਡੇਰੇ ਦੇ ਜਿੰਨੇ ਪ੍ਰੇਮੀ ਨੇ ਉਹ ਰਲ ਮਿਲ ਕੇ ਇੱਕ ਦੂਜੇ ਦਾ ਘਰ ਵੀ ਬਣਾਉਂਦੇ ਨੇ, ਫਰੀ ਇਲਾਜ ਵੀ ਕਰਦੇ ਨੇ, ਬਜ਼ੁਰਗਾਂ ਦੀ ਸਾਂਭ ਸੰਭਾਲ ਵੀ ਕਰਦੇ ਨੇ। ਬਲੱਡ ਡੋਨੇਸ਼ਨ ਦੇ ਵਿੱਚ ਬਾਬੇ ਦਾ ਵਰਲਡ ਰਿਕਾਰਡ ਹੈ। ਅੱਖਾਂ ਦੇ ਆਪਰੇਸ਼ਨ ਕੈਂਪ ਲਾਉਣ ਦੇ ਵਿੱਚ ਬਾਬੇ ਦਾ ਵਰਲਡ ਰਿਕਾਰਡ ਹੈ। ਬੇਸ਼ਵਾਵਾਂ ਦੇ ਵਿਆਹ ਕਰਾਉਣੇ, ਸਫਾਈ ਅਭਿਆਨ ਚਲਾਉਣਾ, ਇਹ ਵੱਡੇ ਵੱਡੇ ਕੰਮ ਬਾਬੇ ਦੇ ਹਿੱਸੇ ਆਏ ਨੇ। ਤੁਸੀਂ ਅੱਜ ਜੋ ਮਰਜ਼ੀ ਕਹਿ ਦਿਓ ਕਿ ਬਾਬਾ ਬਲਾਤਕਾਰੀ ਹੈ, ਬਾਬੇ ਨੂੰ ਪੈਰੋਲ ਮਿਲ ਜਾਂਦੀ ਹੈ, ਬਾਬੇ ਦੇ ਕੰਮ ਵੀ ਦੇਖੋ, ਲੋਕ ਕਿਉਂ ਨਹੀਂ ਬਾਬੇ ਦੇ ਮੰਗਰ ਜਾਣੋ ਹਟ ਰਹੇ? ਬਾਬਾ ਜੇਲ੍ਹ ਚਲਾ ਗਿਆ, ਬਾਬੇ ਦੇ ਫਾਲੋਅਰਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ ਨਾ ਕਿ ਘੱਟ ਰਹੀ ਹੈ। ਕਿਉਂ ਵੱਧ ਰਹੀ ਹੈ? ਇਸ ਗੱਲ ਤੇ ਜ਼ੋਰ ਦੇ ਕੇ ਦੇਖੋ, ਇਸ ਗੱਲ ਦਾ ਮਾਗਰਾ ਕਰੋ, ਕਿਉਂ ਵੱਧ ਰਹੀ ਹੈ? ਜਿੱਥੇ ਲੋਕਾਂ ਨੂੰ ਰੋਟੀ ਮਿਲੂਗੀ, ਜਿੱਥੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਜਿੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣਗੀਆਂ, ਵੀ ਲੋਕ ਤਾਂ ਉੱਧਰ ਭੱਜਣਗੇ। ਸਾਡੇ ਗੁਰਦੁਆਰਿਆਂ ਦੇ ਵਿੱਚ ਹਾਲੇ ਵੀ ਜਾਤੀ ਵਿਤਕਰੇ ਹੁੰਦੇ ਨੇ ਕਈ ਪਿੰਡਾਂ ਦੇ ਵਿੱਚ। ਤੁਸੀਂ ਪਹਿਲਾਂ ਆਪਣੀਆਂ ਕੁਰੀਤੀਆਂ ਦੂਰ ਕਰੋ ਤਾਂ ਕਿ ਲੋਕ ਆਪਣੇ ਆਪ ਦੁਬਾਰਾ ਸਿੱਖ ਧਰਮ ਦੇ ਨਾਲ ਜੁੜਨ, ਦੁਬਾਰਾ ਗੁਰਦੁਆਰਿਆਂ ਦੇ ਵਿੱਚ ਆਉਣ ਲੱਗਣ। ਤੁਸੀਂ ਆਪਣੀਆਂ ਕੁਰੀਤੀਆਂ ਦੂਰ ਕਰੋ, ਠੀਕ ਹੈ? ਅਫਗਾਨਿਸਤਾਨ ਦੇ ਸਿੱਖਾਂ ਦਾ ਹਾਲ ਦੇਖ ਲਓ, ਉੱਜੜ ਕੇ ਵਿਚਾਰੇ ਵੱਖ ਵੱਖ ਦੇਸ਼ਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਭਟਕਦੇ ਫਿਰਦੇ ਨੇ, ਘਰ ਬਾਰ ਉੱਜੜ ਗਏ ਉਹਨਾਂ ਲੋਕਾਂ ਦੀ। ਕਦੇ ਕਿਸੇ ਸਿੱਖ ਸੰਸਥਾ ਨੇ ਉਹਨਾਂ ਉੱਜੜੇ ਹੋਏ ਸਿੱਖਾਂ ਦੀ ਬਾਂਹ ਫੜੀ ਹੈ? ਚੱਕ ਕੇ ਸਾਡੀਆਂ ਜਿਹੜੇ ਸਿੱਖ ਸੰਸਥਾਵਾਂ ਨੇ ਖਾਲਸਾ ਏਡ ਵਰਗੇ ਲੰਗਰ ਲਾ ਦਿੰਦੇ ਨੇ, ਕਦੇ ਸਾਊਦੀ ਅਰਬ ਵਰਗੇ, ਕਦੇ ਦੱਖਣੀ ਅਫਰੀਕਾ ਵਰਗੇ, ਓਏ ਉਹਨਾਂ ਮੁਲਕਾਂ ਕੋਲੇ ਬਥੇਰਾ ਪੈਸਾ ਹੈ, ਉਹ ਆਪਣੇ ਲੋਕਾਂ ਦੀ ਆਪ ਸਹਾਇਤਾ ਕਰ ਲੈਣਗੇ। ਤੁਸੀਂ ਆਪਣੇ ਗਰੀਬ ਸਿੱਖਾਂ ਦੀ ਬਾਂਹ ਕਿਉਂ ਨਹੀਂ ਫੜਦੇ? ਕਦੇ ਸਾਊਦੀ ਅਰਬ ਨੇ ਜਦੋਂ ਸਾਡੀਆਂ ਕਣਕਾਂ ਦਾ ਇੱਧਰ ਮਾਰ ਪੈਂਦੀ ਹੈ ਜਾਂ ਹੜ੍ਹ ਆਉਂਦੇ ਨੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਸਿੱਖਾਂ 'ਤੇ ਕੋਈ ਵਿਪਤਾ ਹੁੰਦੀ ਹੈ, ਕਦੇ ਪੈਸੇ ਡਾਲਰ ਭੇਜੇ ਨੇ ਸਾਊਦੀ ਅਰਬ ਵਾਲਿਆਂ ਨੇ ਜਾਂ ਮੁਸਲਮਾਨ ਕੰਟਰੀ ਨੇ ਕਿਸੇ ਨੇ ਵੀ? ਤੁਸੀਂ ਚੱਕ ਕੇ ਕੜਛੀਆਂ ਬਾਲਟੀਆਂ ਉੱਧਰ ਲੰਗਰ ਸੇਵਾ ਕਰਨ ਚਲੇ ਜਾਂਦੇ ਹੋ, ਆਪਣੇ ਗਰੀਬ ਸਿੱਖਾਂ ਦੀ ਬਾਂਹ ਕਿਉਂ ਨਹੀਂ ਫੜਦੇ? ਫਿਰ ਕਹਿੰਦੇ ਬਾਬੇ ਦੇ ਫੋਲੋਅਰ ਵੱਧ ਰਹੇ ਨੇ। ਬਈ, ਇਹ ਬਾਬੇ ਦੀ ਚੜ੍ਹਾਈ ਤਾਂ ਇੱਦਾਂ ਹੀ ਹੋਊਗੀ।